ਧਿਆਵਾ ਉਹ ਸਰਬਜੀਤ ਸਿੰਘ ਧੁੰਦਾ ਕਹਿ ਰਿਹਾ ਸੀ ਕਿ ਜਿਹੜਾ ਮਹਾਰਾਜ ਦੇ ਅੱਗੇ ਪਾਣੀ ਛਿੜਕਣਾ ਹੈ ਉਹ ਮਨਮਤ ਹੈ ਮਨਾਉਤ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਾਣੀ ਨਹੀਂ ਛਿੜਕਣਾ ਚਾਹੀਦਾ ਠੀਕ ਹੈ ਮੈਂ ਬੇਨਤੀ ਕਰਤੀ ਵੀ ਉਹ ਕਾਦੇ ਵਾਸਤੇ ਛਿੜਕੀਦਾ ਉਹ ਸਿੱਖ ਦੀ ਭਾਵਨਾ ਹੁੰਦੀ ਹੈ ਵੀ ਗੁਰੂ ਸਾਹਿਬ ਕੋਲ ਦੁਨੀਆ ਦਾ ਮਾਲਕ ਮੇਰੇ ਘਰ ਚਰਨ ਪਾਉਣ ਵਾਸਤੇ ਜਾ ਰਿਹਾ ਹੈ ਤੇ ਮੈਂ ਗੁਰੂ ਦੇ ਸਤਕਾਰ ਵਜੋਂ ਰਸਤੇ ਦੇ ਵਿੱਚ ਜਲ ਛਿੜਕਦਾ ਗੁਰੂ ਦੇ ਸਤਕਾਰ ਵਜੋਂ ਹੈ ਚਾਹ ਗੁਰੂ ਦੇ ਸਤਕਾਰ ਵਜੋਂ ਹੈ ਸ਼ਾਤਰ ਤਕਤ ਇਹ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕੁੱਲ ਦੁਨੀਆ ਦਾ ਮਾਲਕ ਹੈ ਜੇ ਤੁਹਾਡਾ ਪੇਸ਼ ਚੱਲੇ ਤੁਹਾਡੀ ਤੁਹਾਡਾ ਵਾਸ ਚੱਲੇ ਤੁਸੀਂ ਤੇ ਅਲਮਾਰੀਆਂ ਚ ਰੱਖਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਬੜਾ ਕੁਝ ਤੁਸੀਂ ਬਕਵਾਸ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਤੁਹਾਡੀ ਪੇਸ਼ ਥੋੜਾ ਚੱਲਣ ਦਿੰਦੇ ਆ ਇਹ ਤੁਹਾਨੂੰ ਧੱਕੇ ਨਾਲ ਤੁਹਾਨੂੰ ਬਾੜਿਆ ਗਿਆ ਤੁਹਾਨੂੰ ਸਿੱਖਾਂ ਦੇ ਵਿੱਚ ਸਿੱਖਿਆਰਸ ਨਾਲ ਬਾਣਾ ਪਾ ਕੇ ਛੱਡਿਆ ਗਿਆ ਜੇ ਤਰਕ ਕਰਨੀ ਹੈ ਫਿਰ ਸਾਰੀ ਕਰੋ ਹੁਣ ਜਿੱਥੇ ਤੁਹਾਡੇ ਵਰਗੇ ਪ੍ਰੋਫੈਸਰ ਕਥਾ ਕਰਨ ਜਾਂਦੇ ਨੇ ਕਿ ਉਹਨਾਂ ਦਾਵਾਂ ਦੇ ਉੱਤੇ ਤੁਸੀਂ ਬਾਤ ਦੇ ਵਿੱਚ ਅਰਦਾਸ ਨਹੀਂ ਕਰਦੇ ਤੁਸੀਂ ਅਰਦਾਸ ਨਹੀਂ ਕਰਦੇ ਕੀ ਦੇ ਅੱਗੇ ਖੜ ਕੇ ਹੱਥ ਜੋੜ ਕੇ ਕਹਿੰਦੇ ਹੁੰਨੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅੱਗੇ ਹੱਥ ਜੋੜ ਕੇ ਤੁਸੀਂ ਕਹਿੰਦੇ ਨਹੀਂ ਹੁੰਦੇ ਵੀ ਸੱਚੇ ਪਾਤਸ਼ਾਹ ਆ ਕਿਰਪਾ ਕਰਿਓ ਜੀ ਆ ਭੁੱਲਾ ਚੁੱਕਾ ਮਾਫ਼ ਕਰਿਓ ਜੀ ਆ ਫਲਾਣਾ ਸਿੰਘ ਨੇ ਕਿੜਾ ਪ੍ਰਸ਼ਾਦ ਦੀ ਸੇਵਾ ਕੀਤੀ ਹੈ ਜੀ ਪ੍ਰਵਾਨ ਕਰਿਓ ਤੁਸੀਂ ਕਹਿੰਦੇ ਨਹੀਂ ਫਿਰ ਉਹ ਸੋ ਪਖੰਡ ਕਰਦੇ ਹੁੰਨੇ ਤੁਸੀਂ ਸਾਰਾ ਤੇ ਨਾਲੇ ਬਾਣੀ ਦੇ ਵਿੱਚ ਹੀ ਤਾਂ ਲਿਖਿਆ ਬਾਣੀ ਦੇ ਵਿੱਚ ਹੀ ਤਾਂ ਆਪਾਂ ਪੜ੍ਹਦੇ ਆ ਇਹ ਬਿਨ ਬੋਲੇ ਸਭ ਕਿਸ ਜਾਣਦਾ ਕਿਸ ਅਗਿਆ ਕੀਚਾ ਯਾਰ ਅਰਦਾਸ यो ਮਾਲਕ ਤਾਂ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਉਹਨੂੰ ਬੋਲ ਕੇ ਸੁਣਾਉਣ ਦੀ ਲੋੜ ਨਹੀਂ ਫਿਰ ਤੁਸੀਂ ਅਰਦਾਸ ਕਿਉਂ ਕਰਦੇ ਹੋ ਫਿਰ ਕਰੋਗਾ ਤਰਕ ਇਸ ਗੱਲ ਤੇ ਫਿਰ ਕੜਾ ਪ੍ਰਸ਼ਾਦ ਬਣਦਾ ਮੈਂ ਇਹ ਗੱਲ ਬੇਨਤੀ ਕਰਕੇ ਪੁੱਛਣੀ ਚਾਹਣਾ ਸੋਨੋ ਤੁਸੀਂ ਦੱਸੋ ਜਿਹੜੇ ਵੱਡੇ ਪੜਾਕੂ ਇਹਨਾਂ ਦੇ ਮਗਰ ਲੱਗੇ ਹੋਏ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੜਾ ਪ੍ਰਸ਼ਾਦ ਲਿਆਂਦਾ ਜਾਂਦਾ ਹੈ ਤੁਸੀਂ ਉਹਨੂੰ ਪ੍ਰਸ਼ਾਦ ਦੇ ਰੂਪ 'ਚ ਛਕਦੇ ਹੋ ਕੋ ਫੂਡ ਦੇ ਰੂਪ ਦੇ ਵਿੱਚ ਛਕਦੇ ਹੋ ਇਹ ਗੱਲ ਦਾ ਜਵਾਬ ਦਿਓ ਕੜਾ ਪ੍ਰਸ਼ਾਦ ਇੱਕ ਫੂਡ ਕਰ ਸਮਝ ਕੇ ਸ਼ੱਕਦੇ ਹੋ ਜਾਂ ਪ੍ਰਸ਼ਾਦ ਸਮਝ ਕੇ ਸ਼ੱਕਦੇ ਹੋ ਜੇ ਤਾਂ ਫੂਡ ਸਮਝ ਕੇ ਸ਼ੱਕਦੇ ਹੋ ਫਿਰ ਉਹਨੂੰ ਉਸੇ ਵੇਲੇ ਸ਼ੱਕ ਸਕਦੇ ਹੋ ਜਦੋਂ ਉਹ ਤਿਆਰ ਕੀਤਾ ਜਾਂਦਾ ਕੜਾ ਪ੍ਰਸ਼ਾਦ ਫਿਰ ਤਾਂ ਉੱਥੇ ਹੀ ਲਾ ਕੇ ਉਹਨੂੰ ਨਾਲ ਦੀ ਨਾਲ ਫਿਰ ਤਾਂ ਕੌਲੀਆਂ 'ਚ ਵੀ ਪਾ ਕੇ ਸ਼ੱਕ ਸਕਦੇ ਹੋ ਜੇ ਫੂਡ ਹੈ ਜੇ ਤੁਹਾਡੇ ਵਾਸਤੇ ਉਹ ਫੂਡ ਹੈ ਕੜਾ ਪ੍ਰਸ਼ਾਦ ਇੱਕ ਖਾਣਾ ਹੈ ਇੱਕ ਡਿਸ਼ ਹੈ ਤਾਂ ਤੁਸੀਂ ਉਹਨੂੰ ਕੌਲੀਆਂ 'ਚ ਪਾ ਕੇ ਚਮਚਿਆਂ ਨਾਲ ਵੀ ਖਾ ਸਕਦੇ ਹੋ ਫਿਰ ਤਾਂ ਤੇ ਜੇ ਉਹ ਪ੍ਰਸ਼ਾਦ ਹੈ ਕਿਰਪਾ ਤੇ ਫਿਰ ਉਹ ਕੜਾ ਪ੍ਰਸ਼ਾਦ ਅਰਦਾਸ ਕਰਕੇ ਹੁਕਮਨਾਵਾ ਸਾਹਿਬ ਲੈ ਕੇ ਦਰ ਪ੍ਰਵਾਨ ਹੋਇਆ ਤੁਸੀਂ ਵੀ ਕਹਿੰਦੇ ਹੋ ਦਰ ਪ੍ਰਵਾਨ ਹੋਵੇ ਉਹ ਪ੍ਰਵਾਨ ਕੌਣ ਕਰਦਾ ਫਿਰ ਜੇ ਤੁਸੀਂ ਕਹਿੰਦੇ ਦੂਜਾ ਰੱਬ ਕੋਈ ਹੈ ਨਹੀਂ ਜਿਹੜਾ ਬੈਠਾ ਦੇਖਦਾ ਹੈ ਉਹ ਪ੍ਰਵਾਨ ਕਿਹਦੇ ਅੱਗੇ ਕਰਾਉਣੇ ਹੋ ਫਿਰ ਤੁਸੀਂ ਕਿਹਨੂੰ ਕਹਿੰਦੇ ਵੀ ਦਰ ਪ੍ਰਵਾਨ ਹੋਵੇ ਕੌਣ ਕਰਦਾ ਪ੍ਰਵਾਨ ਫਿਰ ਉਹ ਜਾਦਾ ਇਹ ਸਾਰਾ ਕੋਈ ਛੱਡੋ ਇਕੱਲੀ ਤਰਕ ਤੇ ਆਓ ਹਰ ਅਲਮਾ ਮਿਲਮਾ ਦਾ ਕੰਮ ਨਹੀਂ ਚੱਲਣਾ ਕੱਲੀ ਤਰਕ ਤੇ ਆਉ ਤਰਕ ਕਰਨੀ ਹੈ ਤੇ ਗੱਲ ਗੱਲ ਤੇ ਤਰਕ ਕੀਤੀ ਜਾ ਸਕਦੀ ਹੈ ਹਰ ਇੱਕ ਪੈਰ ਪੈਰ ਤੇ ਤਰਕ ਕੀਤੀ ਜਾ ਸਕਦੀ ਹੈ ਕਦੇ ਤਰਕ ਕੀਤੀ ਹੈ ਜੇ ਕੜਾ ਪ੍ਰਸ਼ਾਦ ਕੱਲਾ ਤੁਸੀਂ ਫੂਡ ਸਮਝ ਕੇ ਛਕਣਾ ਫਿਰ ਉਹਦੇ ਵਿੱਚ ਕਾਜੂ ਬਦਾਮ ਦਾਖਾ ਕਿਉਂ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਦੱਸੋ ਇਹ ਤਾਂ ਕਾਜੂ ਬਦਾਮ ਪਾ ਕੇ ਫਿਰ ਅਰਦਾਸ ਕਰਨ ਦੀ ਵੀ ਲੋੜ ਨਹੀਂ ਇੱਕ ਫੂਡ ਸਮਝ ਕੇ ਛਕਦੇ ਹੋ ਫਿਰ ਉਹਦੇ ਹੀ ਛਕੋ ਜਦੋਂ ਬਣ ਜਾਂਦਾ ਪਰ ਨਹੀਂ ਉਹ ਪ੍ਰਸਾਦ ਹੈ ਉਹ ਉਦੋਂ ਹੀ ਸਕਦੇ ਹੋ ਹੁਣ ਤੁਹਾਡੇ ਵਰਗਾ ਤਾਂ ਇਹਨੂੰ ਵੀ ਕਹਿ ਸਕਦਾ ਇਹ ਤਾਂ ਬ્રાਹਮਣ ਦੀ ਦੇਣ ਹੈ ਜੀ ਇਹ ਤਾਂ ਬੇਪਰ ਦੀ ਦੇਣ ਆ ਉਥੇ ਤੁਹਾਡੀਆਂ ਹੋਰ ਦਲੀਲਾਂ ਹੁੰਦੀਆਂ ਨੇ ਉਦੋਂ ਤੁਸੀਂ ਹੋਰ ਦਲੀਲਾਂ ਦੇਣ ਲੱਗ ਜਾਂਦੇ ਹੋ